ਅਕਸਰ ਦੇਸ਼ ਦੁਨੀਆ ਦੇ ਵਿੱਚ ਜੋ ਲੋਕ ਨੇ ਲੱਖਾਂ ਕਰੋੜਾ ਲੋਕ ਨੇ ਜੋ ਮੰਦਰ ਗੁਰਦੁਆਰਿਆਂ ਦੇ ਵਿੱਚ ਜਾਂਦੇ ਨੇ ਤੇ ਫੁੱਲ ਭੇਟ ਕਰਦੇ ਨੇ ਪਰ ਜੇ ਗੱਲ ਕਰੀਏ ਉਹਨਾਂ ਫੁੱਲਾਂ ਦੀ ਤੇ ਉਸ ਤੋਂ ਬਾਅਦ ਜੋ ਉੱਥੇ ਦੇ ਜੋ ਪ੍ਰਬੰਧਕ ਹੁੰਦੇ ਨੇ ਜਾਂ ਕਹ ਲਈਏ ਕਿ ਮਹੰਤ ਹੁੰਦੇ ਨੇ ਉਸ ਫੁੱਲਾਂ ਨੂੰ ਜੋ ਹੈ ਜਾਂ ਤਾਂ ਜਲ ਪ੍ਰਵਾਹ ਕਰ ਦਿੰਦੇ ਨੇ ਜਾਂ ਫਿਰ ਉਹੀ ਫੁੱਲ ਜਿਹੜੇ ਆ ਕਿਸੇ ਕੂੜੇ ਦੇ ਢੇਰ ਦੇ ਵਿੱਚ ਸਾਨੂੰ ਦਿਖਾਈ ਦਿੰਦੇ ਨੇ ਕਿ ਤੋਨ ਹੈ ਕਿ ਤੇ ਸਾਡੇ ਵਾਤਾਵਰਣ ਨੂੰ ਵੀ ਜੋ ਆ ਦੁਸ਼ਿਤ ਕਰਦੇ ਨੇ ਤੇ ਜਾਂ ਇਹਨਾਂ ਨੂੰ ਆਪਾਂ ਕਹਿ ਸਕਦੇ ਕਿ ਫੁੱਲਾਂ ਦੀ ਬੇਅਦਬੀ ਵੀ ਹੁੰਦੀ ਆ ਪਰ ਅੱਜ ਜਿੱਥੇ ਅਸੀਂ ਤੁਹਾਨੂੰ ਲੈ ਕੇ ਆਏ ਆ ਇਹ ਪੂਨਮ ਸ਼ਰਮਾ ਨੇ ਤੇ ਇਹਨਾਂ ਫੁੱਲਾਂ ਨੂੰ ਜਿਹੜੇ ਮੰਦਰ ਦੇ ਵਿੱਚ ਚੜਾਏ ਗਏ ਫੁੱਲ ਨੇ ਉਹਨਾਂ ਫੁੱਲਾਂ ਨੂੰ ਇੱਕ ਅਲੱਗ ਰੂਪ ਦੇਖ ਕੇ ਜੋ ਆ ਉਹਨਾਂ ਦੀ ਕਈ ਸਮੱਗਰੀਆਂ ਜੋ ਨੇ ਤਿਆਰ ਕਰਦੇ ਨੇ ਸਾਡੇ ਨਾਲ ਪੂਨਮ ਸ਼ਰਮਾ ਜੋ ਮੌਜੂਦ ਨੇ ਗੱਲ ਕਰਾਂਗੇ ਜੀ ਪੂਨਮ ਜੀ ਸਭ ਤੋਂ ਪਹਿਲਾਂ ਦੱਸੋ ਇਹ ਕੀ ਚੀਜ਼ ਹੈਗੀ ਆ ਕਿਵੇਂ ਜੋ ਇਹਨੂੰ ਤਿਆਰ ਕਰਦੇ ਹੋ ਕਿਵੇਂ ਇਹਨੂੰ ਵਰਤੋਂ ਚ ਲੈ ਕੇ ਆਉਂਦੇ ਫੁੱਲਾਂ ਨੂੰ ਇਨਾ ਉਹ ਫੁੱਲ ਆ ਜਿਹੜੇ ਮੰਦਰ ਚੜਦੇ ਆ ਪਹਿਲੇ ਦਿਨ ਛੜਦੇ ਆ ਅਗਲੇ ਦਿਨ ਪੰਡਤ ਜੀ ਉਤਾਰ ਕੇ ਰੱਖ ਦਿੰਦੇ ਆ ਤੇ ਉਹ ਮੈਂ ਘਰ ਲੈ ਆਨੀ ਆ ਉਹ ਘਰ ਲਿਆ ਆ ਕੇ ਨਾ ਤੇ ਉਹਦਾ ਮੈਂ ਬਾਇਓ ਐਨਜ਼ਾਈਮ ਬਣਾਨੀ ਆ ਬਾਇਓ ਐਨਜ਼ਾਈਮ ਜਿਹੜਾ ਉਹ ਲਿਕਵਿਡ ਆ ਜਿਹੜਾ ਕਿ ਸਾਡੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਵਿਦਆਊਟ ਕੈਮੀਕਲ ਹੈ ਕੈਮੀਕਲ ਫ੍ਰੀ ਹੈ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਨਹੀਂ ਹੈਗਾ ਔਰ ਇਹ ਕਾਫੀ ਚੀਜ਼ਾਂ ਲਈ ਇਸਤੇਮਾਲ ਹੁੰਦਾ ਹੈ ਗੁਰਮਤਿ ਕਦੋਂ ਤੋਂ ਤੁਸੀਂ ਇਹ ਚੀਜ਼ ਵੱਲ ਲੱਗੇ ਹੋ ਤੇ ਤੁਹਾਡੇ ਮਾਈਂਡ ਦੇ ਵਿੱਚ ਹੀ ਕਿਉਂ ਆਇਆ ਕਿ ਸਾਨੂੰ ਇਦਾਂ ਕਰਨਾ ਚਾਹੀਦਾ ਏ ਐਕਚੁਅਲੀ ਲਾਕਡਾਊਨ ਦੇ ਵਿੱਚ ਜਦੋਂ ਅਸੀਂ ਮੰਦਰ ਜਾਂਦੇ ਸੀ ਨਾ ਤੇ ਸੜਕਾਂ ਦੇ ਉੱਤੇ ਦੇਖਦੇ ਸੀ ਮੋਸਟਲੀ ਇਹ ਨਾ ਇੱਕ ਕਚਰੇ ਦਾ ਰੂਪ ਧਾਰਨ ਕੀਤਾ ਹੁੰਦਾ ਸੀ ਬਦਬੂ ਇੰਨੀ ਆਂਦੀ ਸੀ ਲਾਗੋ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਸੀ ਉਹਨੇ ਦਿਨੇ ਫਿਰ ਮੈਂ ਨਾ ਇੱਕ ਦਿਨ ਸੋਚਿਆ ਕਿ ਇਹਨੂੰ ਕਿੱਦਾਂ ਇਸਤੇਮਾਲ ਕੀਤਾ ਜਾਏ ਫਿਰ ਇਹਨੂੰ ਇੱਕ ਬਾਇਓ ਐਂਜ਼ਾਈਮ ਦੇ ਰੂਪ ਦੇ ਵਿੱਚ ਜਾਂ ਖਾਦ ਦੇ ਰੂਪ ਚ ਇਹਨੂੰ ਇਸਤੇਮਾਲ ਕਰਨਾ ਸ਼ੁਰੂ ਕੀਤਾ ਔਰ ਜਦੋਂ ਇਹਨੂੰ ਵਰਤਣਾ ਸ਼ੁਰੂ ਕੀਤਾ ਤੇ ਇਹਦੇ ਰਿਜ਼ਲਟ ਵੀ ਬਹੁਤ ਅੱਛੇ ਆਏ ਫਿਰ ਮੈਂ ਇਹਨੂੰ ਇੱਕ ਵੱਡੇ ਲੈਵਲ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਔਰ ਇਹ ਫਰੀ ਦੇ ਵਿੱਚ ਲੋਕਾਂ ਨੂੰ ਪਹਿਲੇ ਵੰਡਿਆ ਆ ਪਰ ਲੋਕਾਂ ਨੂੰ ਜਦੋਂ ਅੱਛੇ ਰਿਜ਼ਲਟ ਮਿਲੇ ਤੇ ਫਿਰ ਮੈਂ ਦੇਖਿਆ ਕਿ ਇਹਦੀ ਪ੍ਰੋਮੋਸ਼ਨ ਜਿਹੜੀ ਹੈ ਉਹ ਹੈਗੀ ਆ ਮੈਨੂੰ ਹੀ ਨਹੀਂ ਸਭ ਨੂੰ ਰਿਜ਼ਲਟ ਮਿਲਿਆ ਫਿਰ ਮੈਂ ਇਹਦੇ ਬਣਾਉਣ ਦੇ ਇਹ ਕਿ ਕੀ ਤਿਆਰ ਹੁੰਦਾ ਹੈ ਇੱਕ ਅਸੀਂ ਲਿਕਵਿਡ ਦੇਖ ਰਹੇ ਹਾਂ ਬੋਟਲਸ ਦੇ ਵਿੱਚ ਆ ਕਿਵੇਂ ਤਿਆਰ ਹੁੰਦਾ ਤੇ ਕਿਹੜੀ ਵਰਤੋਂ ਦੇ ਵਿੱਚ ਇਹ ਆਉਂਦਾ ਇਹ ਐਕਚੁਅਲੀ ਇਹਦੇ ਵਿੱਚ ਕੁਛ ਨਹੀਂ ਗੋੜ ਪਾਣੀ ਫੁੱਲ ਔਰ ਫਰਮੈਂਟ ਫਰਮੈਂਟ ਵਾਸਤੇ ਇਹਨੂੰ ਜਿਹੜਾ ਪ੍ਰੀ ਬਣਿਆ ਹੁੰਦਾ ਨਾ ਪਹਿਲਾਂ ਬਣਿਆ ਹੁੰਦਾ ਹੈ ਲਿਕਵਿਡ ਉਹਨੂੰ ਥੋੜਾ ਜਿਹਾ ਪਾਇਆ ਜਾਂਦਾ ਹੈ ਹੋਰ ਇਹਦੇ ਵਿੱਚ ਕੋਈ ਚੀਜ਼ ਨਹੀਂ ਪਾਈ ਹੁੰਦੀ ਇਹ ਕਿਸ ਕਿਸ ਚੀਜ਼ ਦੇ ਵਿੱਚ ਵਰਤੋਂ ਚੋਂਦਾ ਹੈ ਇਹਦੀ ਚੀਜ਼ ਇਹ ਬਰਤਨ ਸਾਫ਼ ਕਰਨ ਲਈ ਕਪੜੇ ਧੋਣ ਲਈ ਫਿਰ ਸਿਰ ਧੋਣ ਲਈ ਗ੍ਰਿੱਲਾਂ ਗੇਟ ਵਗੈਰਾ ਸਾਫ਼ ਕਰਨ ਲਈ ਪੋਚੇ ਲਗਾਉਣ ਲਈ ਹਰ ਚੀਜ਼ ਲਈ ਇਹ ਇਸਤੇਮਾਲ ਹੁੰਦਾ ਹੈ ਤੇ ਇਹ ਜਿਹੜੇ ਤੁਸੀਂ ਫੁੱਲ ਤਿਆਰ ਕਰਦੇ ਹੋ ਫੁੱਲਾਂ ਤੋਂ ਮਤਲਬ ਪਰਿਵਾਰਕ ਮੈਂਬਰ ਜਿੰਨੇ ਆ ਸਾਰੇ ਤੁਹਾਡੀ ਇੱਥੇ ਮਦਦ ਕਰਦੇ ਨੇ ਕਿਵੇਂ ਤੁਸੀਂ ਮੰਦਰਾਂ 'ਚ ਜਾ ਕੇ ਜਾਂ ਉਹਨਾਂ ਨਾਲ ਕਿਦਾਂ ਤੁਸੀਂ ਕੰਟੈਕਟ ਬਣਾਇਆ ਕਿ ਮੈਨੂੰ ਇਹ ਸਾਰੇ ਫੁੱਲ ਚਾਹੀਦੇ ਨੇ ਪਹਿਲੇ ਤੇ ਮੈਂ ਸੋਚਣਾ ਕਿ ਮੈਂ ਕੀ ਫੁੱਲ ਮੰਗਾ ਫੰਡਤ ਜੀ ਕੋਲੋਂ ਮੈਨੂੰ ਥੋੜਾ ਅੱਛਾ ਜਿਆ ਨਹੀਂ ਲੱਗਾ ਜਦੋਂ ਮੈਂ ਦੇਖਿਆ ਕਿ ਇਹ ਚੀਜ਼ਾਂ ਮਤਲਬ ਇੰਟਰਸਟ ਦਿਖਾਇਆ ਪੰਡਤ ਜੀ ਨੇ ਕਿ ਹਾਂ ਕੋਈ ਨਹੀਂ ਮੈਂ ਰੱਖ ਦਿਆਂ ਕਰਾਂਗਾ ਤੁਸੀਂ ਲੈ ਜਾਇਆ ਕਰੋ ਫਿਰ ਮੈਨੂੰ ਬੜੀ ਖੁਸ਼ੀ ਹੋਈ ਫਿਰ ਪੰਡਤ ਜੀ ਨੇ ਕਾਫੀ ਸਪੋਰਟ ਕੀਤੀ ਕਿ ਉਹ ਰੋਜ਼ ਦੇ ਰੋਜ਼ ਫੁੱਲ ਉਤਾਰ ਕੇ ਰੱਖ ਦਿੰਦੇ ਐ ਤੇ ਮੈਂ ਅਗਲੇ ਦਿਨ ਲੈ ਆਉਣੀ ਹੈ ਤੇ ਹੁਣ ਤੱਕ ਸਾਨੂੰ ਪਤਾ ਲੱਗਾ ਤੁਸੀਂ ਫੁੱਲ ਵੀ ਡੋਨੇਟ ਕਰਦੇ ਹੋ ਅੱਗੇ ਤੁਸੀਂ ਰਿਸ਼ਤੇਦਾਰਾਂ ਨੂੰ ਜਾਂ ਕਿਤੇ ਕੋਈ ਫੰਕਸ਼ਨ 'ਚ ਜਾਓ ਤੇ ਤੁਸੀਂ ਫੁੱਲ ਜਾਂ ਇਹ ਚੀਜ਼ਾਂ ਲੈ ਕੇ ਜਾਂਦੇ ਅੱਗੇ ਦਿੰਦੇ ਹੋ ਕਿ ਨੇ ਫੁੱਲ ਨਹੀਂ ਡੋਨੇਟ ਕਰਦੀ ਮੈਂ ਪਲਾਂਟਸ ਡੋਨੇਟ ਕਰਨੀ ਹਾਂ ਪਲਾਂਟਸ ਡੋਨੇਟ ਕਰਨੀਆਂ ਪਲੱਸ ਜਿਹੜਾ ਕੋਈ ਆਂਦਾ ਸੀ ਨਾ ਉਹਨੂੰ ਮੈਂ ਕਹਿੰਦੀ ਸੀ ਤੁਸੀਂ ਇਹ ਪਹਿਲੇ ਇਸਤੇਮਾਲ ਕਰੋ ਮੈਂ ਛੋਟੀਆਂ-ਛੋਟੀਆਂ ਬੋਤਲਾਂ ਬਣਾ ਕੇ ਨਾ ਐਜ਼ ਅ ਗਿਫਟ ਉਹਨਾਂ ਨੂੰ ਦਿੰਦੀ ਸੀ ਕਿ ਇਸਤੇਮਾਲ ਕਰੋ ਜਦੋਂ ਉਹਨਾਂ ਨੇ ਇਸਤੇਮਾਲ ਕੀਤਾ ਉਹਨਾਂ ਨੂੰ ਵੀ ਰਿਜ਼ਲਟ ਬਹੁਤ ਅੱਛਾ ਮਿਲਿਆ ਫਿਰ ਉਹਨਾਂ ਨੇ ਡਿਮਾਂਡ ਕੀਤੀ ਕਿ ਹਾਂ ਮਤਲਬ ਸਾਨੂੰ ਕਈ ਲੋਕਾਂ ਨੇ ਮੇਰੇ ਕੋਲੋਂ ਬਣਾਉਣਾ ਵੀ ਸਿੱਖਿਆ ਹੈ ਕਿ ਅਸੀਂ ਵੀ ਘਰ ਬਣਾਣੇ ਬੱਚੀ ਐ ਜੋ ਲੱਗੀ ਹੋਈ ਆ ਇਹ ਵੀ ਮਤਲਬ ਇਦਾਂ ਡੋਨੇਟ ਕਰਦੀ ਆ ਜੋ ਪਲਾਂਟਸ ਬਣਾ ਹੁੰਦੇ ਆ ਤੁਹਾਡੇ ਕੋ ਉਹ ਅੱਗੇ ਜਾ ਕੇ ਸਕੂਲ ਦੇ ਵਿੱਚ ਹਾਂਜੀ ਇਹਨੇ ਕਾਫੀ ਕੇਵੀ ਨੰਬਰ 1 ਚ ਪੜਦੀ ਐ ਕੇਂਦਰੀ ਵਿਦਿਆਲਿਆ ਨੰਬਰ 1 ਉੱਥੇ ਇਹਨਾਂ ਦੇ ਪ੍ਰਿੰਸੀਪਲ ਸਾਹਿਬ ਜਿਹੜੇ ਆ ਉਹ ਵੀ ਬਹੁਤ ਅੱਛੇ ਆ ਪਰਿਆਵਰਣ ਪ੍ਰੇਮੀ ਆ खुश हूं जो आलान ला के जानी आप लेके आते हो फिर दस गां कि हाँ मेरे मम्मा लगाते आजी, आजी कुछ सवाल बच्ची तो भी लगांगे। जी बेटा जिदा मम्मा कह रहे ने अज तक प्लांट्स पलास कर चुके फिफ्टी से अब फिफ्टी से अब हांजी ततना तो अच्छा लगता है क्योंकि कई क्यों प्लाट अब तक बड़े भी हो गए होंगे जब मेने प्राइमरी मे लगा थे वो तो मेरे से भी बड़े हो गये लेकिन जो अभी अभी सेकेंडरी में लगाए हैं वो अभी छोटे छोटे ही है ਮੈਮ ਇੱਕ ਹੋਰ ਸਵਾਲ ਲੈਣਾ ਚਾਹਾਂਗਾ ਕਿ ਜੇ ਅਸੀਂ ਗੱਲ ਕਰੀ ਸਾਨੂੰ ਪਤਾ ਲੱਗਾ ਕਿ ਤੁਸੀਂ ਇੱਕ ਜੋ ਵੇਸਟ ਪਲਾਸਟਿਕ ਹੁੰਦਾ ਆ ਉਹਨੂੰ ਵੀ ਵਰਤੋਂ ਚ ਲੈ ਕੇ ਆਉਂਦੇ ਹੋ ਤੇ ਕਿਵੇਂ ਲੈ ਕੇ ਆਉਂਦੇ ਹੋ ਹਾਂ ਜੀ ਜਿਵੇਂ ਜੂਸ ਬਾਰ ਤੇ ਗਲਾਸ ਹੁੰਦੇ ਆ ਨਾ ਉਹਨੂੰ ਲੈ ਆਨੇ ਆ ਉਹਨੂੰ ਲਿਆ ਕੇ ਉਹਦੇ ਵਿੱਚ ਜਿਵੇਂ ਜਦੋਂ ਪਹਿਲੇ ਤੇ ਕੋਈ ਮੇਰੇ ਕੋਲ ਇੰਨੀ ਛੋਟਾ ਜਿਹਾ ਹੀ ਗਾਰਡਨ ਹੈ ਕਿਚਨ ਗਾਰਡਨ ਫਿਰ ਉਹ ਭਰ ਜਾਂਦਾ ਹੈ ਨਾ ਉੱਥੇ ਜਰਮੀਨੇਸ਼ਨ ਹੋ ਜਾਂਦੀ ਹੈ ਜਦੋਂ ਛੋਟੇ ਛੋਟੇ ਹੁੰਦੇ ਆ ਨਾ 2.5 ਇੰਚ ਦੇ ਉਦੋਂ ਫਿਰ ਮੈਂ ਉਹਨਾਂ ਨੂੰ ਗਲਾਸਾਂ ਦੇ ਵਿੱਚ ਕਨਵਰਟ ਕਰਨੀ ਆ ਜਿਹੜੇ ਜੂਸ ਬਾਰ ਤੋਂ ਝੂਠੇ ਗਲਾਸ ਹੁੰਦੇ ਆ ਨਾ ਉਹਨੂੰ ਵਾਸ਼ ਕਰਕੇ ਉਹਦੇ ਵਿੱਚ ਥੋੜੀ ਥੋੜੀ ਮਿੱਟੀ ਪਾ ਕੇ ਤੇ ਉਹ ਮੈਂ ਰੱਖ ਦਿੰਦੀ ਆ ਉਹ ਗ੍ਰੋਥ ਹੋਈ ਜਾਂਦੀ ਹੈ ਨਾਲ ਨਾਲ ਲੋਕਾਂ ਕੋਲ ਜਾਈ ਜਾਂਦੇ ਆ ਇਹ ਜਿਹੜੇ ਫੁੱਲ ਤੁਸੀਂ ਵਰਤੋਂ ਚ ਲੈ ਕੇ ਆਉਂਦੇ ਹੋ ਕਿਉਂਕਿ ਇੱਕ ਜ਼ਾਬਤਰੀ ਕਿਹਾ ਜਾਵੇ ਕਿ ਇਹ ਵੇਸਟ ਫੁੱਲ ਹੁੰਦੇ ਨੇ ਜਿੱਦਾਂ ਮੰਦਰ ਤੋਂ ਬਾਹਰ ਨਾ ਜਿੱਦਾਂ ਕੂੜੇ ਦੇ ਵਿੱਚ ਅਕਸਰ ਵੇਖਣ ਨੂੰ ਮਿਲਦੇ ਜਾਂ ਫਿਰ ਜਲ ਪ੍ਰਵਾਹ ਕਿਤੇ ਜਾਂਦੇ ਪਰ ਇਸ ਤੋਂ ਜਿੱਦਾਂ ਤੁਸੀਂ ਵਰਤੋਂ ਚ ਲੈਂਦੇ ਇਸ ਤੋਂ ਬਾਅਦ ਕਿਹੜੀ ਵਰਤੋਂ ਚ ਆਉਂਦੇ ਇਸ ਤੋਂ ਬਾਅਦ ਦਾ ਕੀ ਪ੍ਰੋਸੈਸ ਹੈਗਾ ਅਗਲਾ ਜਦੋਂ ਇਹ ਬਾਇਓ ਐਨਜ਼ਾਈਮ ਬਣ ਜਾਂਦਾ ਨਾ 3 ਮਹੀਨੇ ਬਾਅਦ ਤੇ ਇਹਦੀ ਕੁਝ ਵੇਸਟੇਜ ਹੁੰਦੀ ਹੈ ਜਿਵੇਂ ਕੀ ਇਹ ਦੇਖੋ ਇਹ ਹੈ ਨਾ ਇਹਦਾ ਲਿਕਵਿਡ ਨੀਚੇ ਰਹਿ ਗਿਆ ਇਹਨੂੰ ਇਹ ਉੱਪਰ ਵਾਲੇ ਹਿੱਸੇ ਨੂੰ ਕੀ ਕਰਨਾ ਹੈ ਹੈਨਾ ਆਪਾਂ ਨੂੰ ਇਹ ਵੀ ਵੈਸੇ ਸੋਚ ਹੁੰਦੀ ਹੈ ਕਿ ਇਸ ਚੀਜ਼ ਨੂੰ ਕੀ ਕਰਨੇ ਆ ਇਹਨੂੰ ਫਿਰ ਮੈਂ ਨਾ ਆਪਣੀ ਮਿੱਟੀ ਦੇ ਵਿੱਚ ਟੋਇਆ ਕੱਢ ਕੇ ਨਾ ਕਿਚਨ ਗਾਰਡਨ ਦੇ ਵਿੱਚ ਉਹਦੇ ਵਿੱਚ ਦਵਾ ਦਿੰਨੀ ਆ 15 20 ਦਿਨ ਦੇ ਬਾਅਦ ਜਿਹੜਾ ਉਹ ਇੱਕ ਖਾਦ ਦਾ ਰੂਪ ਲੈ ਲੈਂਦੇ ਆ ਫਿਰ ਉਹਨੂੰ ਪੁੱਟ ਕੇ ਜਾਂ ਖਾਦ ਬਣਾ ਲੈਣੀ ਆ ਜਾਂ ਜਿਹੜੇ ਪਲਾਂਟਸ ਮੈਂ ਡੋਨੇਟ ਕਰਨੇ ਹੁੰਦੇ ਆ ਨਾ ਉਹਦੇ ਵਿੱਚ ਇਸਤੇਮਾਲ ਕਰ ਲੈਣੀ ਹੈ ਤੇ ਤੁਸੀਂ ਇਹ ਕੰਮ ਸ਼ੁਰੂ ਕੀਤਾ ਤੇ ਕਿੰਨਾ ਕੁ ਔਖਾ ਲੱਗਾ ਕਿਉਂਕਿ ਕਈ ਲੋਕ ਤੁਹਾਨੂੰ ਬੜਾ ਕੁਝ ਕਹਿੰਦੇ ਹੋਣਗੇ ਕਿ ਇਹ ਫੁੱਲਾਂ ਨੂੰ ਕਿਵੇਂ ਇਕੱਠੇ ਕਰਦੇ ਨੇ ਕੀ ਕਰਦੇ ਰਹਿੰਦੇ ਨੇ ਅਗਰ ਰਿਸ਼ਤੇਦਾਰਾਂ ਨੇ ਕੋਈ ਨਾ ਕੋਈ ਗੱਲਾਂ ਕੀਤੀਆਂ ਹੋਣੀਆਂ ਉਹ ਤੇ ਖੈਰ ਸਮਾਜ ਆ ਕਰੇ ਗਈ ਲੇਕਿਨ ਮੈਨੂੰ ਬਹੁਤ ਖੁਸ਼ੀ ਹੈ ਮੈਨੂੰ ਤੇ ਸਟਾਰਟਿੰਗ ਤੋਂ ਔਖਾ ਨਹੀਂ ਲੱਗਾ ਕਿਉਂਕਿ ਕਹਿੰਦੇ ਨੇ ਇੱਕ ਜਨੂਨ ਵੀ ਕੋਈ ਚੀਜ਼ ਹੁੰਦੀ ਆ ਬਸ ਮੈਨੂੰ ਜਨੂਨ ਸੀ ਕਿ ਮੈਂ ਪ੍ਰਕਿਰਤੀ ਲਈ ਕੁਝ ਕਰਨਾ ਕਿਉਂਕਿ ਜਦੋਂ ਮੈਂ ਬਿਮਾਰੀਆਂ ਨਾਲ ਭਰ ਚੁੱਕੀ ਸੀ ਨਾ ਮੈਨੂੰ ਇਹ ਆਸ ਨਹੀਂ ਸੀ ਕਿ ਮੇਰਾ ਮੈਂ ਅੱਗੇ ਬਚਾਂਗੀ ਵੀ ਜਾਂ ਨਹੀਂ ਲੇਕਿਨ ਫਿਰ ਮੈਂ ਪ੍ਰਕਿਰਤੀ ਮਾਤਾ ਨੂੰ ਇੱਕ ਜ਼ਰੂਰ ਵਾਦਾ ਕੀਤਾ ਕਿ ਮਾਂ ਜੇ ਤੂੰ ਮੈਨੂੰ ਪੁਨਰ ਜਨਮ ਦਿੱਤਾ ਹੈ ਨਾ ਤੇ ਮੇਰੀ ਲਾਈਫ ਜਿਹੜੀ ਹੈ ਨਾ ਹੁਣ ਤੇਰੀ ਸੇਵਾ ਚ ਹੀ ਲੰਗੇਗੀ ਕੋਈ ਜੋ ਮਰਜੀ ਕਵੇ ਲੇਕਿਨ ਮੈਂ ਤੇਰੇ ਚਰਨਾਂ ਦੇ ਵਿੱਚ ਤੇਰੀ ਸੇਵਾ ਦੇ ਵਿੱਚ ਲੰਘਾਣਾ ਆ ਇਸ ਕਰਕੇ ਮੈਨੂੰ ਪ੍ਰਕਿਰਤੀ ਦੇ ਨਾਲ ਬਹੁਤ ਪਿਆਰ ਆ ਮੈਂ ਪ੍ਰਕਿਰਤੀ ਦੇ ਨਾਲ ਇੱਥੋਂ ਤੱਕ ਕਿ ਮੇਰੇ ਜਿਹੜੇ ਲੱਗੇ ਹੋਏ ਪਲਾਂਟਸ ਹੈ ਨਾ ਮੈਨੂੰ ਤੇ ਕੋਈ ਪਰੇਸ਼ਾਨੀ ਆਉਂਦੀ ਹੈ ਤੇ ਮੈਂ ਤੇ ਗੱਲਾਂ ਵੀ ਉਹਨਾਂ ਨਾਲ ਹੀ ਕਰਨੀ ਆ ਕਿਉਂਕਿ ਸਾਨੂੰ ਪਤਾ ਕਿ ਪਲਾਂਟਸ ਹਾਰਮੋਨਸ ਬਣਾਉਂਦੇ ਆ ਹੈਨਾ ਹੈਪੀ ਹਾਰਮੋਨਸ ਬਣਾਉਂਦੇ ਆ ਮੈਂ ਤੇ ਆਪਣੀਆਂ ਗੱਲਾਂ ਜਿਹੜੀਆਂ ਆਪਣੀਆਂ ਪ੍ਰੋਬਲਮਸ ਆ ਉਹ ਵੀ ਮੈਂ ਪਲਾਂਟਸ ਦੇ ਨਾਲ ਹੀ ਸ਼ੇਅਰ ਕਰਨੀ ਆ ਔਰ ਉਹ ਸੋਲਵ ਵੀ ਕਰਦੇ ਆ ਇੱਕ ਅਸੀਂ ਦੇਖ ਰਹੇ ਹਾਂ ਇੱਕ ਨਾਰੀਅਲ ਦੇ ਜਿਹੜੇ ਆ ਕੋਲਜ पे ਖੋਲ ਪਏ ਆ ਇਹ ਕੀ ਚੀਜ਼ ਆ ਕਿਵੇਂ ਇਹਨੂੰ ਤਿਆਰ ਕੀਤਾ ਇਹ ਨਾ ਪਹਿਲੇ ਨਾਰੀਅਲ ਨੂੰ ਘਰ ਲਿਆ ਕੇ ਛਿੱਲਿਆ ਜਾਂਦਾ ਛਿੱਲ ਕੇ ਇਹਨੂੰ ਇੱਥੋਂ ਬਿਲਕੁਲ ਸਾਫ਼ ਕੀਤਾ ਜਾਂਦਾ ਸਾਫ਼ ਕਰਕੇ ਇਹ ਦੇਖੋ ਇੱਕ ਕਟੋਰੀ ਦਾ ਰੂਪ ਲੈ ਲੈਂਦੇ ਆ ਫਿਰ ਇਹਦੇ ਵਿੱਚ ਅਸੀਂ ਡਿਜ਼ਾਈਨ ਪਾ ਕੇ ਇਹਨੂੰ ਸਾਬਣਦਾਨੀਆਂ ਬਣਾਣੀਆਂ ਕਿਉਂਕਿ ਪਲਾਸਟਿਕ ਹਰ ਬੰਦਾ ਕਹਿ ਰਿਹਾ ਪਲਾਸਟਿਕ ਨਾ ਇਸਤੇਮਾਲ ਕਰੋ ਪਲਾਸਟਿਕ ਨਾ ਇਸਤੇਮਾਲ ਕਰੋ ਪਰ ਉਹਦਾ ਸੋਲੂਸ਼ਨ ਅਸੀਂ ਦਿੰਨੇ ਆ ਮੈਂ ਸੋਲੂਸ਼ਨ ਦੇਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਉਹਦਾ ਸੋਲੂਸ਼ਨ ਦਿੱਤਾ ਜਾਏ ਕਿਉਂਕਿ ਇਹ ਜਿੰਨੀ ਹਾਰਡ ਵੇਸਟੇਜ ਹੈ ਇਹ ਵੀ ਨਹਿਰਾਂ ਚ ਜਾ ਕੇ ਗੰਦਗੀ ਦਾ ਰੂਪ ਤਾਰਨ ਕਰਦੇ ਮੋਸਟਲੀ ਨਹਿਰਾਂ ਸਾਡੀਆਂ ਗੰਦੀਆਂ ਹੋ ਰਹੀਆਂ ਔਰ ਇਹਨੂੰ ਸਾਫ਼ ਕਰਕੇ ਇਹਨੇ ਕਈ ਸਾਲ ਕਿਤੇ ਨਹੀਂ ਜਾਣਾ ਇਹ ਇਹ ਸਾਬਨਦਾਨੀ ਬਣੇਗੀ ਇਹਦੀਆਂ ਕਟੋਰੀਆਂ ਬਣਨਗੀਆਂ ਇਹਦਾ ਇਹਦੇ ਵਿੱਚ ਹਵਨ ਵੀ ਥੋੜਾ ਬਹੁਤਾ ਛੋਟਾ ਮੋਟਾ ਕੀਤਾ ਜਾ ਸਕਦਾ ਹੈ ਜੀ ਜੀ ਬਿਲਕੁਲ ਜੋ ਤੁਸੀਂ ਦੇਖਿਆ ਇਹ ਸਨ ਪੂਨਮ ਸ਼ਰਮਾ ਤੇ ਇਹਨਾਂ ਵੱਲੋਂ ਕਿਵੇਂ ਜੋ ਨੇ ਵੇਸਟੇਜ ਫੁੱਲ ਜੋ ਨੇ ਜੋ ਮੰਦਿਰਾਂ ਦੇ ਵਿੱਚ ਚੜਾਈ ਜਾਂਦੇ ਨੇ ਤੇ ਬਾਅਦ ਚ ਜਿਹੜੇ ਉਹੀ ਫੁੱਲ ਹੈ ਜਿਹੜੇ ਕੂੜੇ ਦੇ ਢੇਰ ਚ ਜਾਂ ਕਹ ਲੀਏ ਨਹਿਰਾਂ ਦੇ ਵਿੱਚ ਜੋ ਦੇਖਣ ਨੂੰ ਮਿਲਦੇ ਨੇ ਪਰ ਉਹਨਾਂ ਫੁੱਲਾਂ ਨੂੰ ਕਿਵੇਂ ਵਰਤੋਂ ਚ ਲੈ ਕੇ ਆਇਆ ਜਾਂਦਾ ਇਹ ਅੱਜ ਤੁਹਾਨੂੰ ਅਸੀਂ ਤਸਵੀਰ ਇੱਕ ਸਾਂਝੀ ਕੀਤੀ ਹੈ ਕੈਮਰਾਮੈਨ ਰਜਿੰਦਰ ਸਿੰਘ ਦੇ ਨਾਲ ਅਕਸ਼ ਸੁਨਕ ਜਗਵਾਨੀ ਟੀਵੀ ਅੰਮ੍ਰਿਤਸਰ